स्वर्णकार भाईचारे का गुस्सा अजे भी रुकता दिखाई नहीं दे रहा। तकरीबन एक महीने तो ज़्यादा समा हो चुका है पर स्वर्णकार अपनियां मंगा ते अड़े हुए ने। स्वर्णकारा ने डीसी दे नाल भी मुलाकात की थी ते नाल ही स्वर्णकारा ने प्रधान नाल मुलाकात करके मांग की थी है कि मुख्यमंत्री बादल प्रधानमंत्री दे नाल खुद मुलाकात करन ते एक्साइज ड्यूटी कटाउन संबंधी कोई फैसला दसन। दस दिए कि अजे तक भी स्वर्णकारा ने अपनियां दुकानां बंद कीतियां होईयां ने ते लगातार केंद्र सरकार का विरोध करदे दिखाई दे रहे ने। सेंटर सरकार नूं बेनती करते हैं कि मोदी साहब जदों आए सी प्रधानमंत्री बने सी उन्हां दा इक्को इक एजेंडा सी वी अफसरशाही तो जिहड़ा छुटकारा दवाया जाए, पर इहदे नाल जिन्नी ज़्यादा अफसरशाही वध जानी आ उह बयान तो बाहर आ। इस करके ही सेंटर नूं जेतली साहब ने जो कि बीजेपी ने जिहनूं अपोजिशन 2012 सी अकाली दल ते बीजेपी इन्हां ने बहुत वड्डे पद्धर ते दा विरोध कीता सी जदों कांग्रेस लवाई सी, ਉਹ ਹੀ ਜਿਹੜਾ ਕੰਮ ਆ ਉਹ ਇਸ ਵੇਲੇ ਸਾਡੀ ਸਰਕਾਰ ਕਰ ਰਹੀ ਹੈ। ਅਸੀਂ ਮੋਦੀ ਸਾਹਿਬ ਨੂੰ ਅਤੇ ਜੇਤਲੀ ਸਾਹਿਬ ਨੂੰ ਬੇਨਤੀ ਕਰਾਂਗੇ ਅਤੇ ਬਾਦਲ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਸਾਡਾ ਸਵਰਨਕਾਰ ਭਾਈਚਾਰਾ ਸਾਰੇ ਇੰਡੀਆ 'ਚ ਪ੍ਰਦਰਸ਼ਨ ਕਰ ਰਿਹਾ, ਜਿਹੜਾ ਬੜਾ ਹੀ ਇੱਕ ਮੇਨ ਜਿਹੜਾ ਸਾਡਾ ਭਾਈਚਾਰਾ ਵਾ ਉਹਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ 28 ਦਿਨ ਤੋਂ ਦੁਕਾਨਾਂ ਬੰਦ ਆ। ਇਸ ਕਰਕੇ ਸਰਕਾਰ ਨੂੰ ਚਾਹੀਦਾ ਤੁਰੰਤ ਜਿਹੜਾ ਇਹ ਇਹਨਾਂ ਨੇ ਜਿਹੜਾ ਐਕਸਾਈਜ਼ ਲਾਈ ਆ ਉਹ ਵਾਪਸ ਲਈ ਜਾਵੇ ਤਾਂ ਕਿ ਜਿਹੜਾ ਇਹ ਭਾਈਚਾਰਾ ਜਿਹੜਾ ਬਹੁਤ ਮਹੱਤਵਪੂਰਨ ਭਾਈਚਾਰਾ ਅਤੇ ਸੈਂਟਰ ਦੀ ਸਰਕਾਰ ਜਾਂ ਭਾਰਤ ਸਰਕਾਰ ਦੇ ਲਈ ਇੱਕ ਬਹੁਤ ਜ਼ਿਆਦਾ ਤਰੱਕੀ ਵਿੱਚ ਇਹਦਾ ਯੋਗਦਾਨ ਆ। ਸਾਈਡ ਡਿਊਟੀ ਸਰਕਾਰ ਨੇ ਲਾਈ ਜੀ, ਸੈਂਟਰ ਸਰਕਾਰ ਨੇ ਇਹਦੇ ਮੁਖਾਲਫਤ ਸਾਡੀ ਸਾਰੀ ਸਵਰਨਕਾਰ ਹਿੰਦੁਸਤਾਨ ਦੇ ਵਿੱਚ ਹੜਤਾਲ ਚੱਲ ਰਹੀ ਆ, ਜਿਹਦੇ ਨਾਲ ਅਫਸਰਸ਼ਾਹੀ ਸਾਡੇ ਉੱਤੇ ਬਹੁਤ ਜ਼ਿਆਦਾ ਹੈਵੀ ਹੋ ਜੂਗੀ, ਸਾਡੇ ਨਿੱਕੇ ਨਿੱਕੇ ਕਾਰੋਬਾਰ ਦੇ ਵਿੱਚ ਮਿੰਟ ਮਿੰਟ 'ਤੇ ਰੁਕਾਵਟ ਬਣੂਗੀ। ਇਸੇ ਕਰਕੇ ਅਸੀਂ 28 ਦਿਨ ਤੋਂ ਹੜਤਾਲ ਕਰਕੇ ਬੈਠੇ ਹਾਂ ਔਰ ਸਾਡੇ ਬੱਚੇ ਪਰਿਵਾਰ ਸਾਰਾ ਕੰਮ ਕਾਰ ਤੋਂ ਵਿਹਲੇ ਬੈਠੇ ਪਏ ਹਾਂ। ਅਸੀਂ ਅੱਜ ਆਪਣੇ ਪ੍ਰਧਾਨ ਸਰਦਾਰ ਖੇੜਾ ਸਾਹਿਬ ਨੂੰ ਤਰਨ ਤਾਰਨ ਦੇ ਨਗਰ ਕੌਂਸਲ ਦੇ ਉਹਨਾਂ ਨੂੰ ਆਣ ਕੇ ਮੋਰੰਡਮ ਦਿੱਤਾ ਵੀ ਆਪਣੇ ਬਾਦਲ ਸਾਹਿਬ ਨੂੰ ਵੀ ਇਹ ਬੇਨਤੀ ਕਰਨ ਕਿ ਉਹ ਸੈਂਟਰ ਸਰਕਾਰ ਨੂੰ ਆ ਕੇ ਸਾਡੀ ਸਾਈ ਡਿਊਟੀ ਵਾਪਸ ਕੀਤੀ ਜਾਵੇ।